ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਕਿ ਘਰ ਬੈਠੇ ਨੌਜਵਾਨ ਦੇ ਘਰ ਜਾ ਕੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਦਰਅਸਲ ਇੱਕ ਪਤਨੀ ਆਪਣੇ ਪਤੀ ਨੂੰ ਨਸ਼ੇ ਦੀ ਦਲਦਲ ਤੋਂ ਬਚਾਉਣ ਲਈ ਆਪਣੇ ਪਤੀ ਨੂੰ ਇਹਨਾਂ ਨਸ਼ਾ ਤਸਕਰਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹ ਨਸ਼ਾ ਤਸਕਰ ਉਸਦੇ ਹੀ ਘਰ ਜਾ ਕੇ ਤੇਜ਼ ਧਾਰ ਹਥਿਆਰਾਂ ਨਾਲ ਉਸ 'ਤੇ ਜਾਨਲੇਵਾ ਹਮਲਾ ਕਰ ਦਿੰਦੇ ਹਨ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੰਦੇ ਹਨ। ਇਹ ਸਾਰੀ ਘਟਨਾ CCTV ਕੈਮਰੇ ਵਿੱਚ ਕੈਦ ਹੋ ਜਾਂਦੀ ਹੈ ਅਤੇ ਪੀੜਤ ਮਹਿਲਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੀ ਹੈ ਅਤੇ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਵੱਲੋਂ ਉਹਨਾਂ ਦੋਸ਼ੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਹਾਂਜੀ, ਕੀ ਨਾਮ ਤੇ ਕਿੱਥੇ ਤੋਂ ਰਹਿਣ ਵਾਲੇ ਤੁਸੀਂ? ਮੈਂ ਗੁਰਮੀਤ ਕੌਰ ਜੀ, ਜ਼ੀਰਾਗੜ੍ਹ ਨਿਊ ਵਾਦੀ ਤੋਂ ਰਹਿਣ ਵਾਲੀ। ਹਾਂਜੀ ਹਾਂਜੀ, ਕੀ ਹੋਇਆ ਜਿਹੜੀ ਗੁੰਡਾਗਰਦੀ ਹੋਈ, ਕਿਹਨਾਂ ਨੇ ਕੀਤੀ ਆ? ਇਹ ਗੁਰਦੇਵ ਸਿੰਘ, ਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਤਿੰਨੋਂ ਜਣੇ ਆਏ ਸਾਡੇ ਘਰੇ। ਮੇਰੇ ਪਤੀ ਦਾ ਪੁੱਛਦੇ ਸੀ ਘਰੇ ਹੈਗਾ ਕਿ ਨਹੀਂ ਹੈਗਾ, ਮੈਂ ਜਵਾਬ ਦਿੱਤਾ ਵੀ ਘਰੇ ਨਹੀਂ ਹੈਗਾ, ਇਹ ਨਸ਼ਾ ਕਰਨ ਦੇ ਆਦੀ ਨੇ, ਮੇਰੇ ਪਤੀ ਨੂੰ ਬੁਰੀ ਸੰਗਤ 'ਚ ਪਾਉਣਾ ਚਾਹੁੰਦੇ ਨੇ, ਮੈਂ ਇਸ ਕਰਕੇ ਇਹਨਾਂ ਨੂੰ ਜਵਾਬ ਦਿੱਤਾ ਵੀ ਘਰ ਨਹੀਂ ਹੈਗਾ ਅਤੇ ਇਹਨਾਂ ਨੇ ਆ ਕੇ ਖੰਡੇ ਕਿਰਪਾਨਾਂ ਲੋਹੇ ਦੀਆਂ ਰਾੜਾਂ ਨਾਲ ਮੇਰੇ 'ਤੇ ਹਮਲਾ ਕੀਤਾ। ਮੈਂ ਬੜੀ ਮੁਸ਼ਕਲ ਨਾਲ ਬਚੀ ਹਾਂ, ਬੜੀ ਮੁਸ਼ਕਲ ਨਾਲ ਆਪਦੀ ਜਾਨ ਬਚਾਈ ਅਤੇ ਇਹਨਾਂ 'ਤੇ ਕਿੰਨੇ ਕੁ ਜਿਹੜੇ ਲੈਸ ਹੋ ਗਿਆ ਇਹ ਕਿਸੇ ਚੀਜ਼ਾਂ ਨਾਲ ਹਥਿਆਰ ਤੋਂ? ਹਾਂਜੀ, ਇਹਨਾਂ ਕੋਲ ਸੀਗੇ ਖੰਡੇ ਹਥਿਆਰ ਸੀਗੇ, ਹੋਰ ਰਾੜਾਂ ਸੀ ਲੋਹੇ ਦੀਆਂ ਤੇ ਅੰਡੈਵਰ ਗੱਡੀ ਤੇ ਆਏ ਸੀ। ਕਿਸ ਤਰ੍ਹਾਂ ਦੇ ਬੰਦੇ, ਕਿਸ ਤਰ੍ਹਾਂ ਦੇ ਨੇ, ਕ੍ਰਿਮੀਨਲ? ਹਾਂਜੀ, ਇਹਨਾਂ ਨੇ ਫੁੱਲ ਨਸ਼ਾ ਕੀਤਾ ਹੋਇਆ ਸੀ ਤਿੰਨਾਂ ਨੇ ਤੇ ਨਾਲ ਚਾਰ ਅਣਪਛਾਤੀ ਹੋਰ ਵੀ ਲੈ ਕੇ ਆਏ ਸੀ। ਖੰਡੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਗੁਰਦੇਵ ਸਿੰਘ ਨੇ, ਪੇਟ ਤੇ ਮਾਰਿਆ, ਮੇਰੀ ਬਾਂਹ ਤੇ ਆ, ਗੁੱਟ ਤੇ ਆ, ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਇਹਨਾਂ ਨੇ। ਆਪਦੇ ਵੱਲੋਂ ਤਾਂ ਮਾਰ ਨਹੀਂ ਆਏ ਸੀ, ਪਰਮਾਤਮਾ ਦੀ ਕਿਰਪਾ ਨਾਲ ਮੈਂ ਬੜੀ ਮੁਸ਼ਕਲ ਨਾਲ ਆਪਦੀ ਜਾਨ ਬਚਾਈ। ਇਸ ਤਰ੍ਹਾਂ ਦੀ ਨੱਥ ਪੈਣੀ ਚਾਹੀਦੀ? ਹਾਂਜੀ, ਜ਼ਰੂਰ ਗੁੰਡਾਗਰਦੀ ਤੇ ਨੱਥ ਪੈਣੀ ਚਾਹੀਦੀ ਹੈ। ਮੈਂ ਦਿਨ ਦਿਹਾੜੇ ਆ ਕੇ ਕਿਸੇ ਦੇ ਘਰੇ ਮਾਰਨਾ ਤੇ ਘਰ ਦੇ ਵਿੱਚ ਜੇ ਆਪਾਂ ਬਾਹਰੋਂ ਕੋਈ ਲੜਦਾ ਆਪਾਂ ਘਰ ਨੂੰ ਭਜਦੇ, ਜੇ ਆਪਾਂ ਘਰੇ ਹੀ ਸੇਫ ਨਹੀਂ ਤਾਂ ਆਪਾਂ ਕਿੱਥੇ ਜਾਵਾਂਗੇ। ਤੇ ਸਰਕਾਰ ਨੂੰ ਮੇਰੀ ਇਹੀ ਬੇਨਤੀ ਕਿ ਇਹਨਾਂ ਗੁੰਡਿਆਂ ਤੇ ਨੱਥ ਪਾਈ ਜਾਵੇ ਤੇ ਜੋ ਵੀ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ, ਇਹਨਾਂ ਨੂੰ ਸਜ਼ਾ ਜਾਵੇ। ਹਾਂਜੀ, ਫੜਿਆ ਜਾਵੇ, ਇਹ ਫਰਾਰ ਨੇ ਤੇ ਇਹਨਾਂ ਦੇ ਇਹੀ ਕੰਮ ਨੇ, ਲੋਕਾਂ ਦੇ ਘਰਾਂ ਚ ਵੜ ਕੇ ਧੱਕਾ ਕਰਦੇ, ਗੁੰਡਾਗਰਦੀ ਕਰਦੇ। ਬਲਵਿੰਦਰ ਕੌਰ ਮੇਰਾ ਨਾਂ ਹੈ ਤੇ ਇਹ ਗੁਰਦਿੱਤ, ਦੀਪੂ ਤੇ ਹਰਪ੍ਰੀਤ ਤੇ ਮੀਤਾ, ਮਨਜੀਤ ਮੀਤਾ, ਇਹ ਦਾਣਾ ਮੰਡੀ ਦੇ ਨੇ। ਹੈ ਰਿਸ਼ਤੇ 'ਚ ਮੇਰੇ ਭਤੀਜੇ ਨੇ, ਪਰ ਅਸੀਂ ਇਹਨਾਂ ਨਾਲ ਵਰਤਦੇ ਨਹੀਂ, ਇਹਨਾਂ ਕਰਤੂਤਾਂ ਤੋਂ ਹੀ ਨਹੀਂ ਵਰਤਦੇ ਜੀ ਇਹਨਾਂ ਨਾਲ। ਕੀ ਕਰਦੇ ਨੇ ਉਹ? ਗੁੰਡਾਗਰਦੀ ਕਰਦੇ ਨੇ, ਇਹੀ ਨਸ਼ੇ। ਹਾਂਜੀ, ਨਸ਼ੇ ਦੇ ਵੀ, ਨਸ਼ੇ ਦਾ ਕੰਮ ਕਰਦੇ ਨੇ। ਹਾਂਜੀ, ਤੇ ਖਾਂਦੇ ਵੀ ਨੇ ਤੇ ਨਸ਼ਾ ਵੇਚਦੇ ਵੀ ਨੇ ਤੇ ਇਹ ਇਸ ਤਰ੍ਹਾਂ ਜ਼ਬਰਦਸਤੀ ਕਰਦੇ ਲੋਕਾਂ ਤੇ ਗੁੰਡਾਗਰਦੀ। ਸਾਡੇ ਘਰ ਆ ਕੇ ਵੀ ਇਸ ਤਰ੍ਹਾਂ ਹੀ ਗੁੰਡਾਗਰਦੀ ਕੀਤੀ, ਸਿਰਫ ਮੇਰੀ ਨੂੰਹ ਨੇ ਇਹੀ ਆਖਿਆ ਵੀ ਮੇਰੇ ਘਰ ਵਾਲਾ ਘਰ ਨਹੀਂ ਹੈਗਾ। ਅਸੀਂ ਨੂੰਹ ਸੱਸ ਘਰ ਸੀ, ਇਹਨਾਂ ਨੇ ਆ ਕੇ ਬਸ ਪੁੱਛਿਆ, ਰਾਤੀ ਪੁੱਛ ਕੇ ਗਏ ਨੇ, ਰਾਤੀ ਵੀ ਬੋਲ ਕੇ ਗਿਆ ਤੇ ਸਵੇਰੇ ਫੇਰ ਆ ਗਿਆ 11 ਵਜੇ, ਫਿਰ ਬੰਦੇ ਲੈ ਕੇ ਆਇਆ, ਅਸੀਂ ਹੱਥ ਜੋੜ ਕੇ ਰਾਤੀ ਇਹਨੂੰ ਕੱਢਿਆ ਵੀ ਸਾਡੇ ਘਰ ਨਾ ਦਾਖਲ ਹੋਵੇ, ਤੂੰ ਚਲਾ ਜਾ ਵੀ ਮੇਰਾ ਬੇਟਾ ਘਰ ਨਹੀਂ ਹੈਗਾ। ਪਰ ਉਹਨੇ ਖੁੰਦਕ ਰੱਖੀ, ਉਹ ਸਵੇਰੇ ਫੇਰ ਆ ਗਿਆ। ਪਰ
ਕਿੰਨੀ ਕੁ ਹੱਦ ਕੀਤੀ ਹੈ? ਬਹੁਤ ਹੱਦ ਕੀਤੀ, ਮੇਰੀ ਨੂੰਹ ਤੇ ਖੰਡਿਆਂ ਦੇ ਵਾਰ ਕੀਤੇ, ਮਾਰ ਦੇਣ ਦੀ ਇਹਨਾਂ ਨੇ ਆਪਦੀ ਪੂਰੀ ਕੋਸ਼ਿਸ਼ ਕੀਤੀ। ਨਸ਼ੇ 'ਚ ਧੁੱਤ ਸੀ? ਹਾਂਜੀ, ਨਸ਼ੇ 'ਚ ਧੁੱਤ ਸੀ। ਅੱਛਾ, ਤੇ ਪੁਲਿਸ ਵੱਲੋਂ ਹੁਣ ਕੋਈ ਸਖਤੀ ਨਹੀਂ ਕਰ ਰਹੀ? ਪੁਲਿਸ ਵੱਲੋਂ ਕੋਈ ਸਖਤੀ ਕਾਰਵਾਈ ਕੋਈ ਨਹੀਂ, ਇਹਨਾਂ ਨੂੰ ਫੜ ਨਹੀਂ ਹੁੰਦਾ, ਕੋਈ ਫੜਦੇ ਨਹੀਂ ਪਏ। ਔਰਤਾਂ ਘਰ ਦੇ ਵਿੱਚ ਕਿਸ ਤਰ੍ਹਾਂ ਸੇਫ ਕਿਸ ਤਰ੍ਹਾਂ ਨੇ ਔਰਤਾਂ ਘਰ ਦੇ ਵਿੱਚ? ਬਸ ਅਸੀਂ ਮਜਬੂਰੀ ਨਾਲ ਹੀ ਸੇਫ ਆ। ਬਾਹਰ ਵੀ? ਹਾਂਜੀ, ਜੇ ਘਰ 'ਚ ਨਹੀਂ ਸੇਫ ਰਹਿ ਸਕਦੇ ਤੇ ਅਸੀਂ ਕਿੱਥੇ ਰਹਿ ਸਕਦੇ। ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਏ, ਇਹਨਾਂ ਨੂੰ ਫੜਿਆ ਜਾਏ, ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਏ। ਸਰ, ਇੱਕ ਜਿਹੜਾ ਕੁੱਟਮਾਰ ਦਾ ਮਾਮਲਾ ਹੈ, ਕਿੱਥੋਂ ਦਾ ਮਾਮਲਾ ਹੈ ਤੇ ਕੀ ਹੋਇਆ? ਇਹ ਹੈ ਜੀ ਨਵੀਂ ਆਬਾਦੀ ਚੀੜਾ ਗੇਤ। ਗੁਰਮੀਤ ਕੌਰ ਦੇ ਬਿਆਨਾਂ ਤੇ ਪਰਚਾ ਦਰਜ ਹੋਇਆ। ਉਹਨੇ ਕਿਹਾ ਵੀ ਜਿਹੜਾ ਗੁਰਦੀਪ ਸਿੰਘ ਆ ਉਰਫ ਦੀਪੂ, ਮੇਰੇ ਮਾਮੇ ਸਹੁਰੇ ਦਾ ਮੁੰਡਾ, ਉਹ ਮੇਰੇ ਘਰ ਵਾਲੇ ਨੂੰ ਪੁੱਛਦਾ ਸੀ ਵੀ ਸਾਹਬਾ ਕਿੱਥੇ ਆ, ਤੇ ਮੈਂ ਉਹਨੂੰ ਕਿਹਾ ਸੀ ਵੀ ਉਹ ਘਰੇ ਨੀ ਗਾ। ਮੈਂ ਉਹ ਗੁਰਮੀਤ ਕੌਰ ਨੇ ਇਹ ਲਿਖਾਇਆ ਵੀ ਮੈਂ ਉਹਨੂੰ ਰੋਕਦੀ ਹਾਂ ਵੀ ਇਹਨੂੰ ਨਾ ਮਿਲ, ਤੇ ਉਹ ਮਿਲਣਾ ਚਾਹੁੰਦਾ ਸੀ ਉਹਨੂੰ, ਤੇ ਹੈਗਾ ਘਰੇ ਸੀ। ਤੇ ਉਹਨੇ ਇਸ ਕਾਰਨ ਗੁੱਸੇ ਚ ਆ ਕੇ ਕਿ ਮੈਨੂੰ ਮਾਰ ਕੁੱਟ ਕੀਤੀ ਆ ਤੇ ਮੇਰੇ ਘਰ ਦੀ ਭੰਨ ਤੋੜ ਕੀਤੀ ਆ। ਤੇ ਹੋਰ ਕੀ ਸੀਸੀਟੀਵੀ ਆ ਆਪਣੇ ਕੋਲ ਸਾਡੇ? ਜਿੱਥੇ ਸੀਸੀਟੀਵੀ 'ਚ ਸਾਡੇ ਸਾਹਮਣੇ ਫੋਟੋਜ਼ ਆਈ ਆ, ਉਹਦੇ ਉਹ ਮਾਰ ਰਿਹਾ ਡੰਡਾ, ਉਹਨੂੰ ਗਾਲੀ ਗਲੋਚ ਕਰ ਰਿਹਾ, ਦੋ ਬੰਦੇ ਉਹਦੇ ਨਾਲ ਹੋਰ ਆ ਵੀ ਨਾਮਜ਼ਦ ਕੀਤੇ ਆ। ਉਹਦੇ ਬਿਆਨਾਂ 'ਤੇ ਪਰਚਾ ਦਰਜ ਕਰਤਾ, ਪਰਚਾ ਦਰਜ ਕਰਕੇ ਅਸੀਂ ਜੋ ਅਗਲੀ ਕਾਰਵਾਈ ਹੋਊਗੀ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ। ਮਾੜੀ ਸੰਗਤ 'ਤੇ ਲਾਉਣਾ ਚਾਹੁੰਦਾ ਸੀ? ਹਾਂ, ਮਾੜੀ ਸੰਗਤ 'ਤੇ ਲਾਉਣਾ ਚਾਹੁੰਦਾ, ਇਸ ਕਰਕੇ ਉਹਦੇ ਨਾਲ ਹੋਊਗਾ। ਇਸ ਲਈ ਉਹਨੇ ਉਹ ਆਪਦੇ ਘਰ ਵਾਲੇ ਤੋਂ ਉਹਨੂੰ ਰੋਕਦੀ ਸੀ ਮਿਲਣ ਤੋਂ ਵੀ ਇਹ ਮਾੜੀ ਸੰਗਤ ਵਿੱਚ ਨਸ਼ੇ ਪੱਤੇ 'ਚ ਨਾ ਹੋਵੇ। ਇਸ ਲਈ ਉਹਨੇ ਉਹਨੂੰ ਝੂਠ ਮਾਰਿਆ, ਉਹਨੇ ਫਿਰ ਗੁੱਸੇ 'ਚ ਆ ਕੇ ਉਹਦੀ ਕੁੱਟਮਾਰ ਕੀਤੀ ਹੈ, ਭੰਨਤੋੜ ਵੀ ਕੀਤੀ ਹੈ, ਨਿਵਾਸੀ ਮਸ਼ੀਨ ਭੰਨਤੀ, ਇੱਕ ਦਰਵਾਜ਼ਾ ਸੀ ਉਹ ਭੰਨਤਾ, ਤੇ ਮਾਮਲਾ ਦਰਜ ਕਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਸੀਂ ਕਰ ਰਹੇ ਹਾਂ, ਉਹ ਰੇਡ ਵਗੈਰਾ ਕਰ ਰਹੇ ਹਾਂ, ਜਦੋਂ ਵੀ ਮਿਲ ਗਏ ਅਸੀਂ ਉਹਦੀ ਜਲਦੀ ਤੋਂ ਜਲਦੀ ਗ੍ਰਿਫਤਾਰੀ ਪਾਵਾਂਗੇ।